Press the bell icon and never miss a video from Daily Awaaz. सत श्री अकाल दोस्तों, मैं ताड़ा अपना बिट्टू चकवाला। दोस्तों अज असी पुजे हुए हैं नकोदर। नकोदर दे लागे करके एक पंजाब दा बड़ा मशहूर पिंड है चिट्टी। चिट्टी पिंड नूं पंजाब दे नक्शे ते लेके आया नौजवान इत्थों दा जग्गा चिट्टी वाला। जग्गा कबड्डी दा पंजाब दा चोटी दा खिडारी है। पंजाब ही नहीं पूरी दुनिया भर दे विच जग्गे ने अपनी खेड दा लोहा मनवाया। 1997 दा जन्म इस नौजवान दा, पर जिहड़ा अज कबड्डी दी दुनिया दे विच इक छोटी उम्र दा वड्डा इजाफी दे तौर ते जाणिया जाण लग्गिया। जग्गे दीआं प्राप्तियां बहुत ने, जग्गे दे कबड्डी दे विच लगा बहुत प्यारे ने, जग्गे दी खेड नूं लोक बहुत प्यार करदे ने। कबड्डी दा उस्ताद मंगी, मंगत राम मंगी, इस नौजवान नूं बड़ा प्यार करदा। बहुत सारियां गल्लां पतां जग्गे दी जिंदगी बारे जिहड़ियां अज दे इस प्रोग्राम दे विच करांगे आपां। जग्गे नाल उस दी लाइफ बारे, उस दी एक्सरसाइज बारे, उस दे जीवन बारे, उस दी खुराक बारे होर भी ढेर सारियां गल्लां बातां करांगे। आजो तुसीं साडे नाल अज दे इस प्रोग्राम दे विच जुड़े रहो। आपां चलदे आं जग्गे दे कोल। ਸਤਿ ਸ਼੍ਰੀ ਅਕਾਲ ਬਾਈ, ਕੀ ਹਾਲ ਚਾਲ ਆ? ਠੀਕ ਠਾਕ ਹੋ ਜੀ? ਚਲੋ ਵਧੀਆ ਚਾਹੀਦੇ ਹੋ। ਠੀਕ ਠਾਕ ਹੋ ਬਾਈ? ਚਲੋ ਵਧੀਆ ਚਾਹੀਦਾ। ਦੋਸਤੋ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਬਾਈ ਜੱਗੇ ਚਿੱਟੀ ਵਾਲੇ ਦੇ ਨਾਲ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਜੱਗੇ ਦਾ ਜਿਹੜਾ ਜ਼ਿੰਦਗੀ ਦਾ ਸਫ਼ਰ ਹੈ ਇੱਕ ਵੱਡੇ ਸੰਘਰਸ਼ ਤੋਂ ਸ਼ੁਰੂ ਹੁੰਦਾ ਹੈ। ਜੱਗੇ ਨੇ ਕਬੱਡੀ ਦੇ ਵਿੱਚ ਅੱਜ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੇ ਵਿੱਚ ਆਪਣਾ ਜਿਹੜਾ ਨਾਮ ਪੈਦਾ ਕੀਤਾ ਹੈ। ਬਾਈ ਸਾਡੇ ਨਾਲ ਹਾਜ਼ਰ ਨੇ, ਆਪਾਂ ਕਰਾਂਗੇ ਢੇਰ ਸਾਰੀਆਂ ਗੱਲਾਂ ਬਾਤਾਂ। ਜੱਗੇ ਵੀਰ, ਪਹਿਲਾਂ ਤਾਂ ਡੇਲੀ ਆਵਾਜ਼ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਭਾਈ, ਧੰਨਵਾਦ ਤੁਹਾਡਾ ਤੁਸੀਂ ਮੇਰੇ ਕੋਲ ਆਏ ਜੀ। ਜੱਗੇ ਵੀਰ, ਜਿਸ ਤਰ੍ਹਾਂ ਦਰਸ਼ਕ ਤੁਹਾਡੀ ਖੇਡ ਨੂੰ ਬਹੁਤ ਪਿਆਰ ਕਰਦੇ ਨੇ, ਸਾਡੀ ਇੱਕ ਅੱਜ ਦੀ ਇਹ ਕੋਸ਼ਿਸ਼ ਇਹ ਹੈ ਕਿ ਜੱਗੇ ਦੀ ਪੂਰੀ ਜ਼ਿੰਦਗੀ ਨੂੰ ਦਿਖਾਈਏ ਕਿ ਜੱਗਾ ਕਿਵੇਂ ਜਿਹੜਾ ਆਪਣਾ ਇਸ ਮੁਕਾਮ ਤੱਕ ਪੁੱਜਿਆ। ਮੇਰਾ ਜਿਹੜਾ ਪਹਿਲੇ ਸਵਾਲ ਆ ਉਹ ਇਹ ਹੈ ਤੁਹਾਨੂੰ ਕਿ ਤੁਸੀਂ ਕਬੱਡੀ ਖੇਡਣੀ ਕਦੋਂ ਸ਼ੁਰੂ ਕੀਤੀ ਸੀ? ਜਿੱਦਾਂ ਭਾਅ ਜੀ ਕਬੱਡੀ ਦਾ ਜਿਹੜਾ ਬਚਪਨ ਤੋਂ ਹੀ ਸ਼ੌਂਕ ਸੀਗਾ, ਜਿੱਦਾਂ ਪਿੰਡਾਂ ਦੇ ਮੈਚ ਦੇਖਦੇ ਹੁੰਦੇ ਸੀਗੇ, ਫਿਰ ਵਰਲਡ ਕੱਪ ਚੱਲਦਾ ਹੁੰਦਾ ਸੀ ਉਦੋਂ ਟੀ ਵੀ 'ਤੇ ਦੇਖਦੇ ਹੁੰਦੇ ਸੀਗੇ, ਫਿਰ ਇੱਦਾਂ ਹੀ ਸ਼ੌਂਕ ਸੀਗਾ ਕਿ ਅਸੀਂ ਵੀ ਖੇਡੀਏ। ਫਿਰ ਜਿੱਦਾਂ ਮੈਂ ਜਿੱਦਾਂ ਜ਼ਿਆਦਾ ਸੀਰੀਅਸ, ਫਿਰ ਜਿੱਦਾਂ ਪੜ੍ਹਾਈ ਪੜੂਈ ਕਰਕੇ ਜਿੱਦਾਂ ਮੈਂ 15-16 ਤੋਂ ਜਿੱਦਾਂ ਸੀਰੀਅਸ ਜਿਹਾ ਹੋ ਗਿਆ ਕਿ ਕਬੱਡੀ ਖੇਡਣੀ ਆ, ਫਿਰ ਪ੍ਰੈਕਟਿਸ ਲਾਉਣੀ ਸ਼ੁਰੂ ਕੀਤੀ, ਫਿਰ ਹੌਲੀ ਹੌਲੀ ਇੱਦਾਂ ਖੇਡਣੀ ਸ਼ੁਰੂ ਕੀਤੀ। ਫਿਰ ਹਾਂਜੀ, ਮੇਰਾ ਖਿਆਲ 12 ਕੁ ਜਮਾਤਾਂ ਤੁਸੀਂ ਪਾਸ ਕੀਤੀਆਂ? ਹਾਂਜੀ, ਪਲੱਸ 2 ਕੀਤੀ ਆ ਮੇਰੀ। ਇੱਥੇ ਪਿੰਡ 'ਚ ਹੀ ਪੜ੍ਹੇ? ਹਾਂਜੀ, ਪਿੰਡ ਦੇ ਸਰਕਾਰੀ ਸਕੂਲ ਸਾਡੇ ਉੱਥੇ ਪੜ੍ਹੇ ਸੀਗੇ। ਅੱਛਾ, ਇੱਥੇ ਹੀ ਪੜ੍ਹੇ? ਹਾਂਜੀ। ਜੱਗੇ ਪਰਿਵਾਰ ਦੇ ਵਿੱਚ ਮੇਰਾ ਖਿਆਲ ਤੁਹਾਡਾ ਵੱਡਾ ਭਰਾ ਜਿਹੜਾ ਉਹ ਕਬੱਡੀ ਦੀ ਚੇਟਕ ਤੁਹਾਨੂੰ ਉਹਨਾਂ ਤੋਂ ਲੱਗੀ? ਹਾਂਜੀ, ਇਹਦਾ ਵੱਡਾ ਭਰਾ ਪਹਿਲਾਂ ਖੇਡਦਾ ਹੁੰਦਾ ਸੀਗਾ ਅਤੇ ਭਾਅ ਜੀ ਫਿਰ ਖੇਡਦਾ ਹੁੰਦੇ ਉਦੋਂ ਵੀ ਸੀਗਾ, ਚੱਲ ਭਾਅ ਜੀ ਖੇਡਦਾ ਆਪਾਂ ਵੀ ਖੇਡਾਂਗੇ। ਫਿਰ ਵੀਰੇ 'ਤੇ ਮਾੜੀ ਜਿਹੀ ਸੱਟ ਜਿਹੀ ਲੱਗ ਗਈ ਤਾਂ ਮੋਢੇ 'ਤੇ, ਫਿਰ ਭਾਅ ਜੀ ਹਟ ਗਿਆ ਜੀ ਖੇਡਣੋਂ। ਫਿਰ ਇੱਦਾਂ ਹੀ ਘਰ ਦੇ ਕਹਿੰਦੇ ਸੱਟਾਂ ਲੱਗਦੀਆਂ, ਨਹੀਂ ਖੇਡਣ ਦੇਣਾ ਇੱਦਾਂ ਉੱਦਾਂ। ਫਿਰ ਥੋੜ੍ਹਾ ਚਿਰ ਚੱਲਦੀ ਰਹੀ, ਪਰ ਫਿਰ ਇੱਦਾਂ ਖੇਡਦੇ ਰਹੇ, ਫਿਰ ਹੌਲੀ ਹੌਲੀ ਠੀਕ ਹੋ ਗਏ, ਫਿਰ ਘਰ ਦੇ ਵੀ ਪੂਰੀ ਸਪੋਰਟ ਕਰਨ ਲੱਗ ਪਏ। ਦੋਸਤੋ ਜੱਗੇ ਦੀ ਜਿਹੜੀ ਹਾਈਟ ਆ, ਉਹ ਕੱਦ ਜੱਗੇ ਦਾ 6'3" ਦੇ ਕਰੀਬ ਹੈ ਅਤੇ 1 ਕੁਇੰਟਲ ਦੇ ਕਰੀਬ ਭਾਰ ਹੈ ਅਤੇ 1996 ਦਾ ਜਨਮ ਹੈ ਤੁਹਾਡਾ। 1996 ਦਾ ਜਿਹੜਾ ਜਨਮ ਹੈ, ਇੰਨੀ ਕੁ ਛੋਟੀ ਜਿਹੀ ਉਮਰ ਦੇ ਵਿੱਚ 23-24 ਸਾਲ ਦੇ ਵਿੱਚ ਪੰਜਾਬ ਦੇ ਚੋਟੀ ਦੇ ਖਿਡਾਰੀਆਂ 'ਚ ਜੱਗੇ ਦਾ ਆਉਣਾ, ਇਹ ਸਭ ਨੂੰ ਆਪਣੇ ਵੱਲ ਖਿੱਚਦਾ। ਜੱਗੇ ਜਿਹੜੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਬੰਦੇ ਦੀ ਘਰ ਦੀ ਸਪੋਰਟ ਨਾਲ ਐਕਸਰਸਾਈਜ਼, ਅਤੇ ਘਰਦਿਆਂ ਦਾ ਤਾਂ ਕਿਉਂਕਿ ਤੁਹਾਨੂੰ ਸਹਾਰਾ ਹੈ ਹੀ ਹੈ, ਤੁਹਾਡੇ ਵੱਡੇ ਭਰਾ ਖੇਡ ਰਹੇ ਸੀ, ਸਪੋਰਟ ਮਿਲਣੀ ਸੁਭਾਵਿਕ ਹੈ। ਐਕਸਰਸਾਈਜ਼ ਕਿੰਨੀ ਕੁ ਕਰਦੇ ਹੋ, ਕਿੰਨੀ ਕੁ ਮਿਹਨਤ ਕਰਨੀ ਪੈਂਦੀ ਹੈ? ਮਿਹਨਤ ਤਾਂ ਭਾਅ ਜੀ ਤੁਹਾਨੂੰ ਪਤਾ ਹੀ ਆ, ਹਰੇਕ ਚੀਜ਼ 'ਚ ਮਿਹਨਤ ਕਰਾਂਗੇ ਤਾਂ ਹੀ ਉੱਪਰ ਆਵਾਂਗੇ। ਜਿੰਨਾ ਹਾਰਡ ਵਰਕ ਕਰਾਂਗੇ ਉਨਾ ਹੀ ਆਪਾਂ ਅੱਗੇ, ਆਪਣੀ ਕਿਸਮਤ ਵੀ ਸਾਥ ਦਿੰਦੀ ਆ, ਸਾਰਿਆਂ ਦਾ ਪਿਆਰ ਮਿਲਦਾ ਆ। ਮਤਲਬ ਮਿਹਨਤ ਆਪਾਂ ਜਿੱਦਾਂ ਸਵੇਰ ਨੂੰ ਵੀ ਲਾਈ ਦੀ ਜਦੋਂ ਮੈਚ ਸੀਜ਼ਨ ਔਫ ਹੁੰਦਾ, ਜਾਂ ਸ਼ਾਮ ਨੂੰ ਵੀ ਲਾਈ ਦੀ 2 ਟਾਈਮ। ਅੱਛਾ, ਹਾਂਜੀ। ਜਦੋਂ ਪਹਿਲਾਂ ਗਰਾਊਂਡਾਂ 'ਚ ਆਏ ਸੀ ਤੁਸੀਂ, ਜਿਵੇਂ ਪਹਿਲਾਂ ਇੱਕ ਹੁੰਦੀ ਪਿੰਡ ਵਾਰ ਕਬੱਡੀ, ਕਬੱਡੀ ਅਕੈਡਮੀ, ਜਿਵੇਂ ਤੁਸੀਂ NRA ਕਬੱਡੀ ਕਲੱਬ ਨਕੋਦਰ ਲਈ ਖੇਡ ਰਹੇ ਹੋ, ਅਤੇ ਫੈਡਰੇਸ਼ਨਾਂ ਦੇ ਮੈਚਾਂ ਦੇ ਵਿੱਚ ਵੀ ਆਏ ਹੋ ਤੁਸੀਂ, ਉਸ ਤੋਂ ਬਾਅਦ ਫਿਰ ਜਦੋਂ ਅਕੈਡਮੀਆਂ 'ਚ ਆਏ ਹੋ, ਪਹਿਲਾਂ ਪਿੰਡ ਵਾਰ ਖੇਡਦੇ ਰਹੇ ਜਾਂ ਕਿ ਕਿਵੇਂ ਸੀ? ਪਹਿਲਾਂ ਆਪਾਂ ਪਿੰਡ ਵਾਰ ਹੀ ਸ਼ੁਰੂ ਕੀਤੀ ਚਿੱਟੀ ਦੀ ਟੀਮ ਲਾ ਲਏ, ਜਿੱਦਾਂ ਵੀਰੇ ਹੁਣੀ ਵੱਡੇ ਖੇਡਦੇ ਹੁੰਦੇ ਸੀ, ਹੋਰ ਪਿੰਡ ਦੇ 5-6 ਮੁੰਡੇ ਸੀਗੇ ਸਾਡੇ,
ਫਿਰ ਇੱਦਾਂ ਖੇਡਦੇ ਹੁੰਦੇ ਵੀ ਪਿੰਡ ਵਾਰੀ ਪਹਿਲਾਂ ਸ਼ੁਰੂ ਕੀਤੀ ਖੇਡਣੀ ਲੱਗ ਲੱਗੇ ਪਿੰਡ ਮੈਂ ਲਾਉਣ ਜਾਣਾ ਹਾਂਜੀ ਫਿਰ ਇੱਦਾਂ ਪਿੰਡ ਵਾਰ ਖੇਡਦੇ ਖੇਡਦੇ ਫਿਰ ਜਿੱਦਾਂ ਕੋਚ ਹੁੰਦਾ ਸੀ ਗਾਂਧਰਾਂ ਵਾਲੇ ਹਾਂਜੀ ਅਤੇ ਉਹਨਾਂ ਨੇ ਫਿਰ ਪਿੰਡ ਵਾਰ ਦੇ ਦੂਰ ਦੇ ਉਦੋਂ ਫਿਰ ਐੱਨ ਆਰ ਆਈ ਨੂੰ ਕੁਦਰ ਦੇ ਹੁੰਦੇ ਸੀ ਕੋਚ ਉਹ ਫਿਰ ਉਹਨਾਂ ਨੇ ਨੰਬਰ ਲਿਆ ਫਿਰ ਉਹਨਾਂ ਨੇ ਫਿਰ ਸੱਦਿਆ ਸੀਗਾ ਇੱਥੇ ਪਹਿਲਾ ਮੈਚ ਸੀਗਾ ਇੱਥੇ ਬਨਵਾਲੀਪੁਰ ਐੱਨ ਆਰ ਆਈ ਨੂੰ ਕੁਦਰ ਕਲੱਬ ਦਾ ਹਾਂਜੀ ਇੱਥੇ ਸੀਗਾ ਸੱਦਿਆ ਫਿਰ ਉਦੋਂ ਮੈਂ ਪਹਿਲਾਂ ਅਕੈਡਮੀ ਦਾ ਮੈਚ ਖੇਡਿਆ ਸੀ ਉਹਦੇ ਵਿੱਚ ਹਾਂਜੀ ਫਿਰ ਉਦੋਂ ਮੈਂ ਜਿੱਦਾਂ ਪੂਰੇ ਵਧੀਆ ਲੱਗੇ ਮੇਰੇ ਫਿਰ ਮੰਗੀ ਭਾਈ ਨੇ ਆਪ ਨੰਬਰ ਲੈ ਲਿਆ ਜਿੱਦਾਂ ਫਿਰ ਭਾਜੀ ਨਾਲ ਸਿੱਧੀ ਗੱਲ ਹੋ ਗਈ ਫਿਰ ਭਾਜੀ ਹੁਣੀ ਮੈਚ 'ਤੇ ਸੱਦਣ ਲੱਗ ਤੁਸੀਂ ਮੈਨੂੰ ਇਹ ਦੱਸੋ ਜਿਵੇਂ ਤੁਸੀਂ ਮੈਂ ਤੁਹਾਡੇ ਹੁਣ ਦਾ ਵੇਖਦਾ ਹੁੰਦਾ ਕਈ ਵਾਰੀ ਜਿਵੇਂ ਮੈਂ ਤੁਹਾਨੂੰ ਵੇਖ ਰਿਹਾ ਸੀ ਕਿ ਤੁਸੀਂ ਗੁੱਟ ਫੜਦੇ ਹੋ ਕਿਤੇ ਬਗਲਾਂ ਭਰਦੇ ਹੋ ਕਿਤੇ ਰੇਡਰ ਜਦੋਂ ਆ ਕੇ ਕਬੱਡੀ ਪਾਉਣ ਲੱਗਦਾ ਤੁਸੀਂ ਨਾਲ ਦੀ ਨਾਲ ਹੀ ਖੁੱਚ ਪੜਦੇ ਹੋ ਗਿੱਟਾ ਚੱਕਦੇ ਹੋ ਰੇਡਰ ਦਾ ਤੁਹਾਡੇ ਮਨ 'ਚ ਜਦੋਂ ਸ਼ੁਰੂ ਕੀਤੀ ਸੀ ਕਬੱਡੀ ਕਿਹੜਾ ਦਾ ਹੁੰਦਾ ਸੀ ਮੈਂ ਆਹ ਦਾ ਲਾ ਕੇ ਰੇਡਰ ਫੜਿਆ ਕਰਨਾ ਪਹਿਲਾਂ ਭਾਈ ਜਿੱਦਾਂ ਜ਼ਿਆਦਾ ਗੁੱਟ ਵਾਲਾ ਹੀ ਹੁੰਦਾ ਸੀਗਾ ਹਾਂ ਕਿ ਗੁੱਟ ਫੜਨਾ ਆ ਹਾਂ ਫਿਰ ਹੌਲੀ ਹੌਲੀ ਜਿੱਦਾਂ ਗੇਮ ਹੌਲੀ ਹੌਲੀ ਨਿਖਾਰ ਆਉਂਦਾ ਰਿਹਾ ਫਿਰ ਪ੍ਰੈਕਟਿਸ ਕਰਕੇ ਹੋਰ ਦਾ ਪੇ ਸਿੱਖ ਲੇਗਾ ਹਾਂਜੀ ਤੁਸੀਂ ਦੋ ਭਰਾ ਗਏ ਦੋਨਾਂ ਭਰਾਵਾਂ 'ਚੋਂ ਮਾਪਿਆਂ ਨੇ ਇਹ ਨਹੀਂ ਸੀ ਸੋਚਿਆ ਕਿ ਕਿਸੇ ਮੁੰਡੇ ਨੂੰ ਪੜ੍ਹਾ ਕੇ ਡਾਕਟਰ ਡੁਕਟਰ ਬਣਾਵਾਂਗੇ ਅਤੇ ਪੜ੍ਹਾਈ ਪੂਰੀ ਕਰਵਾ ਦੇਈ ਜੱਟਾਂ ਦੇ ਤੁਹਾਨੂੰ ਪਤਾ ਹੀ ਆ ਇੱਦਾਂ ਹੀ ਚੱਲਦਾ ਜੱਟਾਂ ਦਾ ਕੰਮ ਕਿ ਚਲੋ ਪੜ੍ਹ ਲਿਆ ਫਿਰ ਚਲੋ ਆਪਣੇ ਇੱਥੇ ਨੌਕਰੀ ਵੀ ਭਾਈ ਤੈਨੂੰ ਪਤਾ ਹੀ ਜਿੱਦਾਂ ਜੱਟ ਨੂੰ ਜਿੱਦਾਂ ਹੋ ਜਾਂਦੇ ਸਾਰੇ ਨੌਕਰੀ ਘੱਟ ਹੀ ਮਿਲਦੀ ਆ ਇੰਡੀਆ ਵਿੱਚ ਜਿੰਨਾ ਮਰਜ਼ੀ ਪੜ੍ਹੋ ਜਿੱਦਾਂ ਸਾਡੇ ਮੁੰਡੇ ਹੈਗੇ ਦੋ ਚਾਰ ਵਧੀਆ ਪੜ੍ਹੇ ਪੂਰੇ ਉਹਨਾਂ ਨੂੰ ਵੀ ਹਾਲੇ ਤੱਕ ਜੋਬ ਮਿਲੀ ਨਹੀਂ ਸਰਕਾਰੀ ਜੋਬ ਔਖੀ ਮਿਲਦੀ ਆ ਫਿਰ ਜੱਟਾਂ ਨੂੰ ਤਾਂ ਹੁੰਦਾ ਚਲੋ ਠੀਕ ਆ ਪੜ੍ਹ ਲਿਆ ਜਾਂ ਬਾਅਦ 'ਚ ਘੱਲ ਦਿੰਦੇ ਆ ਜਾਂ ਫਿਰ ਇੱਥੇ ਖੇਤੀਬਾੜੀ ਦਾ ਕੰਮ ਸ਼ੁਰੂ ਕਰ ਲੈਂਦੇ ਇੱਕ ਬੜੀ ਤਮੰਨਾ ਹੁੰਦੀ ਹੈ ਦੋਸਤੋ ਹਰ ਇੱਕ ਨੌਜਵਾਨ ਦੀ ਕਿ ਮੈਂ ਪੜ੍ਹ ਲਿਖ ਕੇ ਤਰੱਕੀ ਕਰਾਂਗਾ ਮਿਹਨਤ ਕਰਾਂਗਾ ਜੱਗੇ ਫਿਰ ਐਂ ਹੁੰਦਾ ਵੀ ਮੈਂ ਗੱਡੀ ਲਊਂਗਾ ਮੇਰੇ ਖਿਆਲ 'ਚ ਜਿਹੜੀ ਗੱਡੀ ਤੁਹਾਨੂੰ ਸਨਮਾਨ 'ਚ ਮਿਲ ਗਈ ਸਕਾਰਪੀਓ ਗੱਡੀ ਉਮਰਾਂ ਲੰਘ ਜਾਂਦੀਆਂ ਲੋਕਾਂ ਦੀਆਂ ਇੱਦਾਂ ਦੀ ਗੱਡੀ ਲੈਣ ਦੇ ਲਈ ਪਰਮਾਤਮਾ ਨੇ ਤੁਹਾਡੇ 'ਤੇ ਬੜੀ ਵੱਡੀ ਕਿਰਪਾ ਕੀਤੀ ਹੈ ਨਹੀਂ ਵਾਹਿਗੁਰੂ ਨੇ ਬਹੁਤ ਕੁਛ ਦਿੱਤਾ ਮੈਂ ਕਦੀ ਸੋਚਿਆ ਨਹੀਂ ਸੀ ਕਿ ਮੈਂ ਇੱਥੇ ਤੱਕ ਆਊਂਗਾ ਜਿੰਨਾ ਵਾਹਿਗੁਰੂ ਨੇ ਕੁਛ ਦੇ ਦਿੱਤਾ ਜਿੱਦਾਂ ਪਹਿਲਾਂ ਕੁਛ ਵੀ ਨਹੀਂ ਹੁੰਦਾ ਸੀ ਫਿਰ ਹੌਲੀ ਹੌਲੀ ਇੱਦਾਂ ਸਾਰਾ ਕੁਛ ਹੀ ਮਿਲ ਗਿਆ ਹੁਣ ਇਸ ਟਾਈਮ ਤਾਂ ਜਿੱਦਾਂ ਸਾਰੇ ਡ੍ਰੀਮ ਪੂਰੇ ਹੋ ਹੀ ਗਏ ਆ ਜਿਵੇਂ ਤੁਸੀਂ ਦੱਸਿਆ ਪਹਿਲਾਂ ਕੁਛ ਵੀ ਨਹੀਂ ਸੀ ਹੁੰਦਾ ਹੁਣ ਚਲੋ ਮੈਂ ਵੇਖ ਰਿਹਾ ਸੀ ਆ ਕੇ ਦੋ ਗੱਡੀਆਂ ਖੜੀਆਂ ਬੁਲਟ ਮੋਟਰਸਾਈਕਲ ਆ ਹੋਰ ਵੀ ਬੜੇ ਸਨਮਾਨ ਸਨਮਾਨ ਸਾਰਾ ਕੁਛ ਵੀਰੇ ਜਿੱਦਾਂ ਕਬੱਡੀ ਤੋਂ ਹੀ ਮਿਲਿਆ ਆਪਾਂ ਨੂੰ ਹਾਂਜੀ ਲੋਕ ਪਿਆਰ ਬਹੁਤ ਕਰਦੇ ਚਲੋ ਲੋਕਾਂ ਦੀਆਂ ਦੁਆਵਾਂ ਲੱਗ ਜਾਂਦੀਆਂ ਕੁਛ ਆਪਣੀ ਮਿਹਨਤ ਦੇ ਸਦਕਾ ਹਾਂਜੀ ਕਬੱਡੀ ਸਿਰੋਂ ਹੀ ਸਾਰਾ ਕੁਝ ਜੋ ਵੀ ਅੱਜ ਹੈਗਾ ਕਬੱਡੀ ਸਿਰੋਂ ਹੀ ਆ ਕਬੱਡੀ ਸਿਰੋਂ ਹੀ ਆ ਪਹਿਲਾਂ ਜਦੋਂ ਤੁਸੀਂ ਪਿੰਡ ਵਾਰ ਖੇਡਣ ਲੱਗੇ ਸੀ ਜਾਂ ਜਦੋਂ ਤੁਸੀਂ ਕਬੱਡੀ ਵੱਲ ਆਏ ਵੀ ਯਾਰ ਮੈਂ ਕਬੱਡੀ ਖੇਡਣੀ ਆ ਆਪਣੇ ਭਰਾ ਨੂੰ ਵੇਖ ਕੇ ਉਦੋਂ ਕੀ ਕੁਛ ਸਹੂਲਤਾਂ ਸੀ ਤੁਹਾਡੇ ਕੋਲ ਤੁਸੀਂ ਖੂਹ 'ਤੇ ਰਹਿੰਦੇ ਹੁੰਦੇ ਸੀ ਮੇਰਾ ਖਿਆਲ ਤੁਹਾਡੇ ਹਾਂਜੀ ਜਿੱਦਾਂ ਪਹਿਲਾਂ ਆਪਣਾ ਖੂਹ 'ਤੇ ਹੁੰਦਾ ਸੀਗਾ ਘਰ ਅਤੇ ਉਦੋਂ ਬਸ ਉਦੋਂ ਤਾਂ ਇੱਦਾਂ ਹੁੰਦਾ ਸੀ ਮੋਟਰਸਾਈਕਲ ਹੁੰਦਾ ਸੀਗਾ ਘਰਦਿਆਂ ਦਾ ਹੀ ਹੁੰਦਾ ਸੀ ਇੱਕੋ ਹੀ ਉਹੀ ਮੰਗ ਕੇ ਲੈਣਾ ਜਾਂ ਯਾਰਾਂ ਦੋਸਤਾਂ ਨੇ ਦੇ ਦੇਣਾ ਹੁੰਦਾ ਸੀਗਾ ਜਾਂ ਮੇਰਾ ਫਰੈਂਡ ਹੁੰਦਾ ਸੀ ਉਹਦਾ ਮੋਟਰਸਾਈਕਲ ਹੁੰਦਾ ਸੀਗਾ ਜਿੱਦਾਂ ਹੁਣ ਇੰਗਲੈਂਡ ਚੱਲ ਗਿਆ ਉਹ ਸਵਾਨਜੀਤ ਅਤੇ ਹਾਂ ਉਹਦਾ ਮੋਟਰਸਾਈਕਲ ਲੈ ਜਾਣਾ ਮੰਗ ਕੇ ਬਸ ਇੱਦਾਂ ਹੀ ਉਦੋਂ ਖੇਡ ਖੁੜਾਈਦਾ ਸੀ ਉਹਦਾ ਮੋਟਰਸਾਈਕਲ ਮੰਗ ਲੈਂਦੇ ਸੀ ਅਤੇ ਖੇਡਣ ਲੈ ਜਾਂਦੇ ਹਾਂਜੀ ਚਲੋ ਵਧੀਆ ਹੁੰਦਾ ਜਿੱਦਾਂ ਉਹਨਾਂ ਆਪਣੇ ਪੂਰਾ ਤੇਜ਼ ਪਿਆਰ ਸੀਗਾ ਹਾਂ ਹੁਣ ਕਿੰਨੇ ਕੁ ਮੋਟਰਸਾਈਕਲ ਜਿੱਤ ਲਿਆ ਅੱਜ ਤੱਕ ਹੁਣ ਮੈਂ ਭਾਜੀ 35 ਮੋਟਰਸਾਈਕਲ ਜਿੱਤ ਲਿਆ 35 ਹਾਂਜੀ ਅਤੇ ਦੋ ਆਲਟੋ ਕਾਰਾਂ ਜਿੱਤੀਆਂ ਸੀਗੀਆਂ ਇੱਕ ਜੀਪ ਜਿੱਤੀ ਆ ਹਾਂਜੀ ਅਤੇ ਜਿਹੜੀ ਸਕਾਰਪੀਓ ਗੱਡੀ ਸਨਮਾਨ 'ਚ ਮਿਲੀ ਹਾਂਜੀ ਇੱਥੇ ਬੱਗੇ ਪਿੰਡ ਸਨਮਾਨ ਹੋਈ ਸੀ ਮੰਗੀ ਭਾਜੀ ਹੁਣਾਂ ਨੇ ਕਰਾਈ ਸੀ ਥਿੰਗ ਬ੍ਰਦਰਸ ਵੱਲੋਂ ਹਾਂਜੀ ਜੱਗੇ ਜ਼ਿੰਦਗੀ 'ਚ ਐਂ ਹੁੰਦਾ ਵੀ ਜਿਵੇਂ ਤੁਸੀਂ ਦੱਸਿਆ ਵੀ ਪਹਿਲਾਂ ਇੰਨਾ ਕੁਛ ਨਹੀਂ ਸੀ ਤੁਹਾਡੇ ਦੋਸਤਾਂ ਤੋਂ ਲੈ ਕੇ ਤੁਸੀਂ ਮੋਟਰਸਾਈਕਲ ਮੈਚ ਵੀ ਖੇਡਣ ਜਾਂਦੇ ਰਹੇ ਅੱਜ ਪਰਮਾਤਮਾ ਦੀ ਕਿਰਪਾ ਹੈ ਨਾ ਉਦੋਂ ਕਦੇ ਦਿਲ ਵੀ ਟੁੱਟਿਆ ਪਹਿਲਾਂ ਪਹਿਲਾਂ ਵੀ ਯਾਰ ਕੁਛ ਬਣਦਾ ਰਿਹਾ ਨਹੀਂ 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 ਇੱਦਾਂ ਦਾ ਕਦੇ ਨਹੀਂ ਮਹਿਸੂਸ ਹੋਇਆ ਇੱਦਾਂ ਹੀ ਸੀਗਾ ਕਿ ਜਿੰਨੀ ਆਪਾਂ ਕਰਾਂਗੇ ਸਟਰਗਲ ਉੱਦਾਂ ਫਿਰ ਇੰਨਾ ਜਿੱਦਾਂ ਦਿਲ ਤਾਂ ਘੱਟ ਗਿਆ ਟਾਈਮ ਨਾਲ ਹੀ ਸਾਰਾ ਕੁਛ ਹੋ ਗਿਆ ਹਾਂਜੀ ਹੌਲੀ ਹੌਲੀ ਇੱਦਾਂ ਗਾਂਹ ਤੋਂ ਗਾਂਹ ਆਪਾਂ ਨੂੰ ਮਿਲ ਗਏ ਵਧੀਆ ਜਿੱਦਾਂ ਗਾਂਹ ਨਕੂਦਰ ਦੀ ਟੀਮ ਵਧੀਆ ਸਾਰੇ ਮਿਲ ਗਏ ਭਾਅ ਜੀ ਹੁਣੀ ਕਰਦੇ ਆ ਸਾਰੇ ਵਧੀਆ ਜਿੱਦਾਂ ਕਬੱਡੀ ਦੇ ਵਿੱਚ ਇੱਕ ਹੋਰ ਹੁੰਦਾ ਹੈ ਜਦੋਂ ਨਵਾਂ ਖਿਡਾਰੀ ਆਉਂਦਾ ਮੇਰਾ ਖਿਆਲ ਜਿਹੜੇ ਪੁਰਾਣੇ ਨੇ ਉਹ ਕਿਤੇ ਨਾ ਕਿਤੇ ਥੋੜ੍ਹਾ ਬਹੁਤ ਹੋ ਵੀ ਜਾਂਦਾ ਵੀ ਯਾਰ ਨਵਾਂ ਮੁੰਡਾ ਸ਼ਾਇਦ ਇਹਨੇ ਕਿਹੜਾ ਫੜਨਾ ਜਾਂ ਨਹੀਂ ਫੜਨਾ ਤੁਹਾਡੇ ਨਾਲ ਵੀ ਕਿਤੇ ਹੋਇਆ ਜਾਂ ਤੁਹਾਡੇ 'ਤੇ ਭਰੋਸਾ ਸੀਗਾ ਨਹੀਂ ਨਹੀਂ ਭਾਅ ਜੀ ਇੱਦਾਂ ਤਾਂ ਕਿਤੇ ਨਹੀਂ ਹੋਇਆ ਜਿੱਦਾਂ ਸਾਰਿਆਂ ਨੇ ਵਧੀਆ ਹੱਲਾਸ਼ੇਰੀ ਦਿੱਤੀ ਤਾਂ ਮੰਗੀ ਭਾਅ ਜੀ ਹੁਣ ਇੱਦਾਂ ਹੀ ਆ ਕਿ ਉਹਨਾਂ ਨੂੰ ਇੱਦਾਂ ਨਹੀਂ ਹੁੰਦਾ ਉਹ ਹੱਲਾਸ਼ੇਰੀ ਦਿੰਦੇ ਆ ਹਮੇਸ਼ਾ ਉਹ ਆਪ ਨੂੰ ਪਿੱਛੇ ਰੱਖ ਕੇ ਨਵੇਂ ਬੰਦੇ ਨੂੰ ਮੂਹਰੇ ਕਰਦੇ ਕਿ ਇਹ ਸਾਰਿਆਂ ਦੇ ਮੂਹਰੇ ਆਵੇ ਮੰਗੀ ਕਬੱਡੀ ਦਾ ਉਸਤਾਦ ਹੈ ਤੁਹਾਨੂੰ ਸੱਚਮੁੱਚ ਤੁਹਾਨੂੰ ਉਹੀ ਉਸਤਾਦ ਮਿਲ ਗਿਆ ਹਾਂਜੀ ਅਤੇ ਮੰਗੀ ਦੇ ਨਾਲ ਪਹਿਲੀ ਵਾਰੀ ਸੰਪਰਕ ਕਿਵੇਂ ਹੋਇਆ ਸੀਗਾ ਉਹੀ ਭਾਈ ਦੱਸਿਆ ਮੈਂ ਤੁਹਾਨੂੰ ਬਨਵਾਲੀਪੁਰ ਟੂਰਨਾਮੈਂਟ ਸੀਗਾ ਉੱਥੇ ਪਹਿਲੀ ਵਾਰ ਭਾਈ ਨੂੰ ਹੋਇਆ ਜਦੋਂ ਤੁਸੀਂ ਬਰਮਾਲੀਪੁਰ ਦੀ ਗੱਲ ਕਰ ਰਹੇ ਹਾਂਜੀ ਅਤੇ ਫਿਰ ਉਸ ਤੋਂ ਬਾਅਦ ਫਿਰ ਭਾਈ ਨੇ ਫਿਰ ਮੈਚ 7-8 ਕੱਪ ਖੇਡੇ ਸੀ ਉਸ ਸਾਲ ਮੈਂ ਹਾਂਜੀ ਜਿੱਦਾਂ ਵਧੀਆ ਮੰਗੀ ਭਾਅ ਜੀ ਜਿੱਦਾਂ ਦੱਸਦਾ ਦੁੱਸਦਾ ਵੀ ਵਿੱਚ ਸਾਰਾ ਕਿੱਥੋਂ ਉਹਨੂੰ ਪਤਾ ਹੁੰਦਾ ਕਿ ਆਹ ਰੇਡ ਨੇ ਆਹ ਦਾ ਖਾਣਾ ਹੈ ਬਿਲਕੁਲ ਹਾਂ ਅਤੇ ਉਹ ਫਿਰ ਦੱਸਦੇ ਹੈ ਫਿਰ ਮੰਗੀ ਦੇ ਦੱਸੇ ਹੋਏ ਦਾਵਾਂ ਦੇ ਹਿਸਾਬ ਨਾਲ ਚੱਲਦੇ ਹੋ ਹਾਂਜੀ ਜਿੱਦਾਂ ਮੰਗੀ ਭਾਅ ਜੀ ਆਪਣਾ ਕਰਦਾ
ਜਾਂ ਜਿੱਥੇ ਆਪਾਂ ਬੈਠੇ ਹਾਂ ਇਸ ਘਰ ਦੇ ਵਿੱਚ ਪਰਮਾਤਮਾ ਦੀ ਬਹੁਤ ਸੋਹਣੀ ਕਿਰਪਾ, ਮੈਂ ਵੇਖ ਰਿਹਾ ਤੁਹਾਡੇ ਟਰਾਫੀਆਂ ਵਗੈਰਾ ਕੱਪ, ਤੁਸੀਂ ਬਹੁਤ ਸਾਰੇ ਸਨਮਾਨ ਚਿਣੇ ਹੋਏ ਨੇ, ਇਹ ਘਰ ਦੇ ਵਿੱਚ ਤੁਸੀਂ ਕਦੋਂ ਆਏ ਹੋ, ਕਿੰਨੇ ਟਾਈਮ ਬਾਅਦ ਇੱਥੇ ਤੁਸੀਂ ਇਹ ਘਰ ਪਾਇਆ? ਇਹ ਤਾਂ ਭਾਈ ਆਪਾਂ ਨੂੰ ਸਾਲ ਹੋ ਗਿਆ, ਪਿਛਲੇ ਇਹਨਾਂ ਦਿਨਾਂ 'ਚ ਹੀ ਆਏ ਸੀ ਆਪਾਂ, ਅੱਜ ਹੁਣ ਸਾਲ ਹੋ ਗਿਆ ਇੱਕ ਆਇਆ ਨੂੰ ਇੱਥੇ। ਹਾਂਜੀ, ਇਹ ਸਾਰਾ ਕੁਛ ਕਬੱਡੀ ਦੀ ਬਦੌਲਤ ਹੀ ਆ? ਹਾਂਜੀ ਭਾਈ, ਕਬੱਡੀ ਦੀ ਬਦੌਲਤ ਹੀ ਆ। ਘਰ ਦੇ ਪੂਰੇ ਖੁਸ਼ ਆ? ਘਰ ਦੇ ਪੂਰੇ ਖੁਸ਼ ਆ। ਮੈਂ ਚਾਹੂੰਗਾ ਜੱਗੇ, ਜਿੱਥੇ ਤੁਸੀਂ ਬਚਪਨ ਬੀਤਿਆ, ਤੁਸੀਂ ਕਹਿੰਦੇ ਉੱਥੋਂ ਜਦੋਂ ਖੇਡਣ ਜਾਂਦੇ ਹੁੰਦੇ ਸੀਗੇ, ਉਹ ਆਪਾਂ ਜਗ੍ਹਾ ਖੂਹ ਆ ਜਿਹੜਾ ਤੁਹਾਡਾ, ਉਹ ਦਰਸ਼ਕਾਂ ਨੂੰ ਜ਼ਰੂਰ ਦਿਖਾਈਏ, ਸਾਨੂੰ ਲੈ ਕੇ ਚੱਲੋਗੇ? ਜ਼ਰੂਰ ਵੀਰੇ। ਸੋ ਦੋਸਤੋ, ਜੱਗੇ ਚਿੱਟੀ ਵਾਲੇ ਦੇ ਨਾਲ ਆਪਣੀਆਂ ਗੱਲਾਂ ਬਾਤਾਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ। ਆਪਾਂ ਬਾਈ ਹੋਣਾ ਦੇ ਨਾਲ ਇਹਨਾਂ ਦਾ ਉਹ ਪੁਰਾਣਾ ਘਰ ਹੈ ਜਿੱਥੇ ਖੂਹ ਆ, ਕਿਉਂਕਿ ਬੰਦਾ ਜਿਹੜੀ ਜਗ੍ਹਾ ਤੋਂ ਉੱਠਿਆ ਹੋਵੇ ਉਸ ਜਗ੍ਹਾ 'ਤੇ ਜਾ ਕੇ ਉਹਦਾ ਮਨ ਜ਼ਰੂਰ ਜੁੜਦਾ ਹੁੰਦਾ। ਆਪਾਂ ਜੱਗੇ ਦੇ ਨਾਲ ਚੱਲਦੇ ਹਾਂ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਅਸੀਂ ਜੱਗੇ ਦੇ ਉਸ ਪੁਰਾਣੇ ਘਰ ਦੇ ਵਿੱਚ ਪਹੁੰਚ ਚੁੱਕੇ ਹਾਂ ਜਿਹਦੀ ਗੱਲ ਅੰਦਰਲੇ ਘਰ ਦੇ ਵਿੱਚ ਬੈਠਿਆਂ ਨੇ ਕੀਤੀ ਸੀ, ਉਹੀ ਘਰ ਆ ਬਾਈ ਜੀ? ਇੱਥੇ ਆਪਣੇ ਦਾ, ਇੱਥੇ ਮੈਂ ਇੱਥੇ ਦਾ ਹੀ ਬੋਰਨ ਹਾਂ, ਅਤੇ ਇੱਥੇ ਹੀ ਹੋਇਆ ਸੀ, ਫਿਰ ਬਚਪਨ ਸਾਰਾ ਇੱਥੇ ਲੰਘਿਆ, ਬਸ ਸਾਲ ਹੀ ਹੋਇਆ ਉੱਥੇ ਗਿਆ ਨੂੰ ਆਪਾਂ ਨੂੰ। ਠੀਕ ਹੈ। ਜਦੋਂ ਦਾ ਇੱਥੇ ਰਹਿਣ ਸਹਿਣ ਹੁੰਦਾ ਸੀ, ਜਿਵੇਂ ਮੈਂ ਵੇਖ ਰਿਹਾ ਪਿੱਛੇ ਸਾਰਾ ਟਰੈਕਟਰ, ਪੱਠੇ ਕੁੱਤਰਨ ਵਾਲੀ ਮਸ਼ੀਨ, ਤੁਹਾਡੇ ਬਾਹਰ ਪਸ਼ੂ ਵੀ ਖੜ੍ਹੇ ਆ, ਅਤੇ ਬੜਾ ਸੋਹਣਾ ਮਾਹੌਲ ਆ ਖੇਤਾਂ ਦੇ ਵਿੱਚ, ਖੂਹ 'ਤੇ ਜਿਹੜਾ ਘਰ ਬਣਾਇਆ, ਦਿਲ ਇੱਥੇ ਪੂਰਾ ਲੱਗ ਜਾਂਦਾ ਹੁੰਦਾ ਦਿਲ? ਹਾਂਜੀ, ਸ਼ੁਰੂ ਤੋਂ ਇੱਥੇ ਰਹੇ, ਫਿਰ ਇੱਦਾਂ ਹੀ ਵਧੀਆ ਲੱਗਦਾ, ਇੱਥੇ ਰਹਿਣਾ ਵਧੀਆ ਲੱਗਦਾ। ਪਿੰਡ ਤੋਂ ਮੇਰਾ ਖਿਆਲ 2-3 ਕਿਲੋਮੀਟਰ ਬਾਹਰ ਆ। ਹਾਂਜੀ, 3 ਕਿਲੋਮੀਟਰ ਹੋ ਜਾਂਦਾ। ਇੱਥੇ ਜਿਵੇਂ ਤੁਸੀਂ, ਮੈਨੂੰ ਪਤਾ ਲੱਗਿਆ ਸੀ ਪਹਿਲਾਂ ਖੇਤਾਂ ਦੇ ਵਿੱਚ ਹੋਣ ਕਰਕੇ ਮੇਰਾ ਖਿਆਲ ਬਿਜਲੀ ਦੀ ਸਪਲਾਈ ਵਗੈਰਾ ਦਾ ਵੀ ਤੁਹਾਨੂੰ ਦਿੱਕਤ ਰਹਿੰਦੀ? ਬਿਜਲੀ ਜਿੱਦਾਂ ਉਹੀ ਜਿਹੜੀ ਮੋਟਰਾਂ ਨੂੰ ਆਉਂਦੀ ਹੁੰਦੀ, ਉਹੀ 8-9 ਘੰਟੇ ਉਹੀ ਆਉਂਦੀ ਹੁੰਦੀ ਸੀਗੀ। ਅੱਛਾ। ਹਾਂ, ਅਤੇ ਇਨਵੈਟਰ ਉਨਵੈਟਰ ਰੱਖੇ ਉੱਦਾਂ ਆਪਾਂ। ਅੱਛਾ। ਬਾਹਰ ਸੋਲਰ ਸਿਸਟਮ ਜਿਹਾ ਲਵਾ ਲਿਆ ਸੀਗਾ, ਜਿਸ ਤਰ੍ਹਾਂ ਬੰਦਾ ਸ਼ਾਮ ਨੂੰ ਜਦੋਂ ਆਪਣੇ ਪਿੰਡ ਦੇ ਵਿੱਚ ਰਹਿੰਦੇ ਹਾਂ, ਦਿਲ ਕਰਦਾ ਤਾਂ ਦੋਸਤਾਂ ਕੋਲ ਚਲੇ ਜਾਂਦੇ, ਦਿਲ ਕਰਦਾ ਗਰਾਊਂਡ ਚਲੇ ਜਾਂਦੇ, ਦਿਲ ਕਰਦਾ ਸਾਥ 'ਚ ਚਲੇ ਜਾਂਦੇ ਹਾਂ, ਇੱਥੇ ਫਿਰ ਵੀ ਬਹੁਤ ਦੂਰ ਹੈਗਾ, ਕਿਤੇ ਮਹਿਸੂਸ ਹੁੰਦਾ ਸੀ ਯਾਰ 11 ਦੋਸਤਾਂ ਕੋਲੇ ਜਾਣਾ ਬੜਾ ਔਖਾ ਏਡੀ ਦੂਰੋਂ? ਨਹੀਂ, ਜਿੱਦਾਂ ਭਾਅ ਜੀ ਆਪਾਂ ਕੰਮ ਕੁੰਮ ਕਰਕੇ ਜਦੋਂ ਫਿਰ ਸ਼ਾਮ ਨੂੰ ਚੱਲ ਜਾਈਦਾ ਹੁੰਦਾ 5 ਵਜੇ ਗਰਾਊਂਡ ਨੂੰ, ਫਿਰ ਉੱਥੇ ਫਿਰ ਸ਼ਾਮ ਨੂੰ ਆ ਜਾਈਦੇ 7-8 ਵਜੇ ਘਰ ਨੂੰ। ਅੱਛਾ। ਹਾਂ, ਫਿਰ ਇੱਦਾਂ ਰੂਟੀਨ ਬਣੀ, ਸਵੇਰ ਨੂੰ ਜਿੰਮ ਚੱਲ ਜਾਣਾ ਉੱਠ ਕੇ। ਹਾਂ, ਜਦੋਂ ਤੁਸੀਂ ਕਬੱਡੀ ਖੇਡਣੀ ਸ਼ੁਰੂ ਕੀਤੀ ਆ, ਜਿਵੇਂ ਇੱਥੇ ਹੀ ਤੁਸੀਂ ਸ਼ੁਰੂ ਕੀਤੀ ਆ, ਇੱਥੋਂ ਹੀ ਤੁਹਾਨੂੰ ਚੇਟਕ ਲੱਗੀ ਇਸੇ ਘਰ ਦੇ ਵਿੱਚੋਂ ਹੀ, ਅਤੇ ਪਹਿਲਾਂ ਮੇਰਾ ਖਿਆਲ ਮਾਪਿਆਂ ਤੋਂ ਚੋਰੀ ਜਾਂਦੇ ਰਹੇ ਹੋ? ਆਹੋ, ਪਹਿਲਾਂ ਮੈਚ ਮੂੰਹ ਚਲਾਉਣ ਇੱਦਾਂ ਹੀ ਚੱਲ ਜਾਈਦਾ ਸੀਗਾ। ਨਹੀਂ ਸੀ ਜਾਣ ਦਿੰਦੇ? ਪਹਿਲਾਂ ਘੱਟ ਜਾਣ ਦਿੰਦੇ, ਫਿਰ ਬ੍ਰਦਰ ਜੀ ਦਾ ਸੱਟ ਹੀ ਲੱਗੀ ਸੀ, ਉਹਦਾ ਕਰਕੇ ਥੋੜ੍ਹਾ ਘੱਟ ਸੀਗਾ। ਹਾਂ, ਫਿਰ ਉਦੋਂ ਘੱਟ ਸੀਗਾ, ਫਿਰ ਬਾਅਦ 'ਚ ਆਉਣਾ ਸੀ, ਸਾਰਾ ਕੁਝ ਤਾਂ ਪਤਾ ਸਹੀ ਹੋ ਜਾਂਦਾ। ਤੁਸੀਂ ਖੱਬੂ ਹੋ ਕਿ ਸੱਜੂ ਹੋ? ਨਹੀਂ, ਮੈਂ ਸੱਜੂ। ਪਹਿਲਾਂ ਮੇਰੇ ਖਿਆਲ ਤੁਸੀਂ ਖੱਬੀ ਕੰਨੀ ਖੜਦੇ ਸੀਗੇ? ਜਿਹੜਾ ਪਹਿਲਾਂ ਖੱਬੀ ਕੰਨੀ ਲਾਉਂਦਾ ਹੁੰਦਾ ਸੀਗਾ, ਫਿਰ ਜੋ ਮੈਨੂੰ ਕੁੱਦਰ 'ਚ ਆਈ ਖੇਡਾਂ, ਫਿਰ ਤੁਸੀਂ ਖੱਬੀ ਕੰਨੀ ਦੇ ਜਾਫੀ ਸੀਗੇ ਕਾਫੀ, ਫਿਰ ਮੈਂ ਇੱਧਰ ਸੱਜੀ ਕੰਨੀ ਲਾਉਣ ਲੱਗ ਪਿਆ, ਹੁਣ ਤਾਂ ਦੋਨੇ ਲਾ ਲਈ ਦੇ ਕੰਨੀ ਨਾ, ਆਪਾਂ ਸੱਜੀ ਵੀ ਲਾ ਲਈ, ਖੱਬੀ ਵੀ ਲਾ ਲਈ। ਜਿਹੜੀ ਸਭ ਤੋਂ ਵੱਡੀ ਗੱਲ ਹੁੰਦੀ ਹੈ, ਜਿਹੜੇ ਪਾਸੇ ਬੰਦਾ ਖੜਦਾ ਹੋਵੇ ਉਸੇ ਚੀਜ਼ 'ਤੇ ਜ਼ਿਆਦਾ ਜ਼ੋਰ ਦਿੰਦਾ ਹੁੰਦਾ, ਤੁਸੀਂ ਮੇਰਾ ਖਿਆਲ ਜਗਦੇ ਜਗਦੇ ਸੱਜੀ ਕੰਨੀ 'ਤੇ ਆ ਗਏ। ਉਦੋਂ ਤਾਂ ਫਿਰ ਉੱਦਾਂ ਹੀ ਆ ਗਏ, ਮੈਨੂੰ ਇੱਡਾ ਹੁੰਦਾ ਨਹੀਂ ਸੀਗਾ, ਇੱਧਰੋਂ ਵੀ ਲਗਾ ਵੱਜ ਜਾਂਦਾ, ਉੱਧਰੋਂ ਵੀ ਲਗਾ ਵੱਜ ਜਾਂਦਾ, ਲਗਾ ਦੀ ਚੱਕਰ ਹੁੰਦਾ ਕਿ ਆਪਣਾ ਇੱਧਰੋਂ ਲੱਦਾ ਜ਼ਿਆਦਾ ਵੱਜਦਾ ਆ, ਉੱਧਰੋਂ ਘੱਟ ਵੱਜਦਾ, ਆਪਾਂ ਨੂੰ, ਮੈਨੂੰ ਤਾਂ ਦੋਨੇ ਕੰਨੀਆਂ 'ਤੇ ਇੱਡਾ ਕੋਈ ਚੱਕਰ ਨਹੀਂ ਹੁੰਦਾ, ਦੋਨੇ ਖੇਡ ਲਈ ਦੀਆਂ। ਜਦੋਂ ਮੈਂ ਤੁਹਾਨੂੰ ਜੱਫਾ ਲਾਉਂਦਿਆਂ ਨੂੰ ਵੇਖਦਾ, ਹੁਣ ਵੀ ਤੁਹਾਡੀਆਂ ਪੁਰਾਣੀਆਂ ਵੀਡੀਓ ਵੇਖਦਾ ਜਾਂ ਤੁਹਾਨੂੰ ਲਾਈਵ ਵੀ ਵੇਖਿਆ, ਦਰਸ਼ਕ ਵੀ ਇਸ ਚੀਜ਼ ਨੂੰ ਜਾਣਦੇ ਆ, ਤੁਹਾਡਾ ਜਦੋਂ ਰੇਡਰ ਆਉਂਦਾ ਗੁੱਟ ਫੜਨਾ, ਜਾਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਖੁੱਚ ਪੱਟਦੇ ਹੋ, ਜਦੋਂ ਰੇਡਰ ਢੇਰੀਆਂ ਤੋਂ ਤੁਰਦਾ, ਤੁਸੀਂ ਪਹਿਲਾਂ ਹੀ ਸੋਚ ਲੈਂਦੇ ਹੋ ਕਿ ਮੈਂ ਫੜਨਾ ਇਹ? ਨਹੀਂ, ਚਲੋ ਇੱਦਾਂ ਤਾਂ ਨਹੀਂ ਹੁੰਦਾ, ਉੱਦਾਂ ਹੁੰਦਾ ਤਾਂ ਹੈ ਵੀ ਹਾਂ ਆ ਗਿਆ ਆਪਾਂ ਫੜਨਾ ਹੀ ਆ, ਜੱਫਾ ਲਾਉਣਾ ਹੀ ਆ, ਕਈ ਵੇਲੇ 50% ਲੱਗਦਾ, ਕਈ ਵੇਲੇ ਭੱਜ ਜਾਂਦਾ ਆ, ਪਰ ਇੱਦਾਂ ਹੁੰਦਾ ਜਦੋਂ ਆ ਕੇ ਫਿਰ ਉਦੋਂ ਮੌਕੇ ਦੇ ਹਿਸਾਬ ਨਾਲ ਹੁੰਦਾ ਦਾ ਕਿਹੜਾ ਵੱਜਣਾ, ਉਹਦੇ ਦਿਮਾਗ ਕੰਮ ਕਰਦਾ। ਕਈ ਵਾਰੀ ਇਹ ਹੁੰਦਾ ਵੀ ਜਾਫ ਲਾਈਨ ਦੇ ਵਿੱਚ ਖੜੇ ਹਾਂ ਆਪਾਂ, 4 ਜਣੇ ਪਜ਼ਲ ਹੁੰਦੇ ਆ ਵੀ ਸ਼ਾਇਦ ਇਹ ਫੜ ਲੂ, ਸ਼ਾਇਦ ਉਹ ਫੜ ਲੂ, ਜਾਂ ਮੈਂ ਹੀ ਫੜੂ। ਕਈ ਵਾਰੀ ਹੁੰਦਾ ਯਾਰ ਬਈ ਮੈਂ ਹੀ ਫੜਨਾ ਇਸ ਵਾਰ, ਕਈ ਵਾਰੀ ਇੱਦਾਂ ਹੋ ਜਾਂਦਾ ਕਿ ਹਾਂ ਮੈਂ ਫੜਨਾ, ਬਸ ਫੜਨਾ ਹੀ ਆ।
ਕਦੇ ਕੋਈ ਅਜਿਹਾ ਮੌਕਾ ਲੱਗਿਆ ਵੀ ਕੋਈ ਰੇਡਰ ਫੜਨਾ ਬਹੁਤ ਔਖਾ ਲੱਗਿਆ ਹੋਵੇ, ਕੋਈ ਰੇਡਰ ਜਾਂ ਜਿਹੜਾ ਹਾਲੇ ਤੱਕ ਤੁਹਾਨੂੰ ਲੱਗਿਆ ਵੀ ਯਾਰ ਮੈਥੋਂ ਲੋਟ ਨਹੀਂ ਆਇਆ? ਨਹੀਂ, ਇੱਦਾਂ ਦਾ ਤਾਂ ਕੋਈ ਨਹੀਂ, ਤਕਰੀਬਨ ਸਾਰਿਆਂ ਨੇ ਫੜ ਲਈ ਦਾ, ਸਾਰੇ ਰੇਡਰ ਫੜੇ। ਜਦੋਂ ਤੁਸੀਂ ਰੇਡਰ ਦੇ ਨਾਲ ਜੂਝਦੇ ਹੋ, ਉਸਨੂੰ ਰੋਕਦੇ ਹੋ, ਉਸ ਵਕਤ ਜਿਹੜਾ ਤੁਹਾਨੂੰ ਸਭ ਤੋਂ ਸੌਖਾ ਤਰੀਕਾ ਕੀ ਲੱਗਦਾ ਹੁੰਦਾ ਯਾਰ, ਜੇ ਮੈਂ ਆਹ ਦਾ ਲਾਵਾਂ ਤਾਂ ਸੌਖਾ ਰਹੂਗਾ? ਜਿੱਦਾਂ ਹੁਣ ਭਾਈ ਹੁੰਦਾ, ਜਿੱਦਾਂ ਮੈਨੂੰ ਹੁੰਦਾ ਜਿੱਦਾਂ ਕਿ ਜਦੋਂ ਘੇਰੀ ਵਿੱਚ ਆ ਕਿ ਮੈਂ ਆਪਣਾ ਦਾਅ ਮਾਰ ਦੇਵਾਂ, ਜਦੋਂ ਦਾਅ ਮਾਰਦੇ ਫਿਰ ਕਾਫ਼ੀ 70% ਹੁੰਦਾ ਚਾਂਸ ਕਿ ਜੱਫਾ ਪੈ ਜੂਗਾ। ਜਦੋਂ ਫਿਰ ਰੇਡਰ ਕਈ ਵਾਰ ਟੱਚ ਲਾ ਕੇ ਮੋਰੀ, ਫਿਰ ਉਹਦਾ ਜ਼ਿਆਦਾ ਚਾਂਸ ਹੁੰਦਾ ਉਹਨੇ ਭੱਜਣਾ। ਹਾਂ, ਟਾਈਮ ਦੇ ਹਿਸਾਬ ਨਾਲ ਹੁੰਦਾ, ਸਿਚੁਏਸ਼ਨ ਇੱਦਾਂ ਦੀ ਹੁੰਦੀ, ਉਸ ਹਿਸਾਬ ਨਾਲ ਬਣ ਜਾਂਦਾ ਸਾਰਾ। ਬਿਲਕੁਲ ਬਿਲਕੁਲ ਬਿਲਕੁਲ। ਜੱਗੇ ਬਾਈ, ਹੁਣ ਤੱਕ ਤੁਸੀਂ ਕਿੰਨੇ ਕੁ ਦੇਸ਼ਾਂ 'ਚ ਘੁੰਮ ਚੁੱਕੇ ਹੋ? ਹੁਣ ਤੱਕ ਇਹਦਾ ਭਾਅ ਜੀ ਮੈਂ ਪਹਿਲੀ ਸਾਲ ਜਦੋਂ ਨਿਊਜ਼ੀਲੈਂਡ ਗਿਆ ਸੀਗਾ, ਮੈਨੂੰ ਬਬਲੂ ਕੌਰ ਖੇਤਰ ਮਧੂ ਸਰੀਨ ਦੀਪੇ ਸੰਘੇ ਨੇ ਸੱਦਿਆ ਸੀ, ਉਦੋਂ ਪਹਿਲੀ ਵਾਰ ਉੱਥੇ ਗਿਆ ਸੀ। ਵੀ ਉਸ ਤੋਂ ਬਾਅਦ ਮੈਂ ਕੈਨੇਡਾ ਗਿਆ ਸੀ, ਮਲਕੀ ਦਿਓਲ ਹੋਣੀ ਕਾਲਿਆ ਉਹਨਾਂ ਨੇ ਸੱਦੇ, ਮੈਟਰੋ ਕਬੱਡੀ ਕਲੱਬ 'ਚ ਖੇਡਿਆ ਸੀਗਾ, ਅਤੇ ਦੂਜੀ ਸਰੀ ਵੱਲ ਮੈਂ ਲੱਖੇ ਗਾਜੀਪੁਰ ਜੰਗ ਕਬੱਡੀ ਕਲੱਬ 'ਚ ਖੇਡਿਆ ਸੀਗਾ। ਹਾਂਜੀ, ਮੈਂ 2-3 ਵਾਰ ਕੈਨੇਡਾ ਜਾ ਚੁੱਕਾ, 2 ਵਾਰ ਨਿਊਜ਼ੀਲੈਂਡ ਜਾ ਚੁੱਕਾ, ਐਤੀ ਆਸਟ੍ਰੇਲੀਆ ਗਿਆ ਸੀ ਮੈਂ ਸੁੱਖੇ ਭਾਈ ਹੋਣਾਂ ਅਤੇ ਜੱਗੂ ਭਗਵਾਨਪੁਰ ਦੀ ਟੀਮ ਸੀਗੀ। ਹਾਂ, ਹੁਣ ਮਾਪੇ ਪੂਰੇ ਖੁਸ਼ ਆ ਤੁਹਾਡੀ ਪਰਫਾਰਮੈਂਸ ਤੋਂ ਵੀ? ਹਾਂ, ਤੁਹਾਡੇ ਹੁਣ ਪੂਰੇ ਖੁਸ਼ ਆ। ਬਿਲਕੁਲ, ਹੋਣਾ ਵੀ ਚਾਹੀਦਾ। ਜੱਗੇ, ਜਿਵੇਂ ਅੱਜ ਕੱਲ੍ਹ ਇੱਕ ਰੌਲਾ ਚੱਲ ਰਿਹਾ ਡੋਪ ਟੈਸਟਾਂ ਦਾ, ਜਿਵੇਂ ਇੱਧਰ ਸੰਦੀਪੁਰੀ ਆਪਣੀ ਫੈਡਰੇਸ਼ਨ ਵੱਲੋਂ ਕਰ ਵੀ ਰਹੇ ਆ, ਕੋਸ਼ਿਸ਼ ਵੀ ਜਾਰੀ ਆ, ਕਿਵੇਂ ਸਮਝਦੇ ਹੋ ਇਸ ਫੈਸਲੇ ਨੂੰ ਤੁਸੀਂ? ਜਿੱਦਾਂ ਭਾਈ ਮੇਜਰ ਕਬੱਡੀ ਲੀਗ ਫੈਡਰੇਸ਼ਨ ਦੇ ਮੈਚ ਹੋਏ ਆ, ਜਿੱਦਾਂ ਉਹਦੇ ਵਿੱਚ ਪ੍ਰੋਪਰ ਸਾਰੇ ਟੈਸਟ ਹੁੰਦੇ ਆ, ਕੋਈ ਡਰੱਗ ਕੋਈ ਸਟੀਰੋਇਡ ਕੁਛ ਨੀਗਾ ਉਹਦੇ ਵਿੱਚ, ਐਨ ਪ੍ਰੋਪਰ ਟੈਸਟ ਹੋ ਗਏ, ਪ੍ਰੋਪਰ ਮੈਚ ਹੁੰਦੇ ਆ, ਜੋ ਜਿੱਦਾਂ ਜਿਹੜੇ ਪਲੇਅਰ ਦਾ ਮਰਜ਼ੀ ਕੱਢ ਕੇ ਟੈਸਟ ਕਰ ਸਕਦੇ ਜਿਹਨਾਂ 'ਤੇ ਉਹਨੂੰ ਸ਼ੱਕ ਆ। ਹਾਂ, ਜਿੱਦਾਂ ਹੁਣ ਬਹੁਤ ਵਧੀਆ, ਜਿੱਦਾਂ ਅੱਗੇ ਜ਼ਿਆਦਾ ਰੌਲਾ ਹੀ ਸੀਗਾ, ਬਾਕੀ ਕਬੱਡੀ ਵਾਲੇ ਕੋਈ ਵੀ ਨਹੀਂ ਇੱਦਾਂ ਕਰਦਾ, ਇੱਦਾਂ ਰੌਲਾ ਜ਼ਿਆਦਾ ਸੀਗਾ ਬਿਕੋਜ਼ ਟੈਸਟ ਨਹੀਂ ਹੁੰਦੇ ਸੀ, ਹੁਣ ਪ੍ਰੋਪਰ ਟੈਸਟ ਹੁੰਦੇ, ਸਾਰਾ ਕੁਛ ਪ੍ਰੋਪਰ ਹੋ ਰਿਹਾ ਆ। ਅੱਛਾ, ਮਤਲਬ ਜਿਹੜੇ ਖਿਡਾਰੀ ਉਸ ਮੇਜਰ ਲੀਗ ਦੇ ਵਿੱਚ ਖੇਡ ਰਹੇ ਆ ਜਾਂ ਉੱਥੇ ਉਹਦੇ ਅੰਡਰ ਆਉਂਦੇ ਨੇ, ਉਹ ਸਾਰੇ ਆਪਣਾ ਟੈਸਟ ਕਰਵਾ ਕੇ? ਹਾਂਜੀ, ਸਾਰੇ। ਤੁਹਾਡਾ ਕਹਿਣ ਦਾ ਭਾਵ ਇਹ ਆ ਵੀ ਜਿਹੜੇ ਖਿਡਾਰੀ ਇਹ ਜਾਂ ਨਵੇਂ ਖਿਡਾਰੀ ਉੱਠ ਰਹੇ ਆ ਜਾਂ ਸੁਣ ਰਹੇ ਨੇ, ਉਹਨਾਂ ਨੂੰ ਇਹੀ ਸੁਨੇਹਾ ਗਾ ਵੀ ਤੁਸੀਂ ਕਰਵਾਓ, ਬੇਫਿਕਰ ਹੋ ਕੇ ਕਰਵਾਓ ਅਤੇ ਆਪਣਾ ਨੈਚੁਰਲ ਖੇਡ ਸਕਦੇ ਹੋ? ਹਾਂਜੀ, ਸਾਰੇ ਨੈਚੁਰਲ ਖੇਡ ਸਕਦੇ ਹੋ। ਜੇ ਦੂਜੀ ਜਿਹੜੀ ਸਭ ਤੋਂ ਵੱਡੀ ਗੱਲ ਮੇਰੇ ਮਨ ਦੇ ਵਿੱਚ ਆਉਂਦੀ ਹੈ, ਜਿਵੇਂ ਤੁਸੀਂ ਇੱਥੋਂ ਗਏ ਵਿਦੇਸ਼ ਦੇ ਵਿੱਚ ਖੇਡੇ, ਉਸ ਤੋਂ ਬਾਅਦ ਮਾਣ ਸਨਮਾਨ ਮਿਲੇ, ਅਤੇ ਹੁਣ ਜ਼ਿੰਦਗੀ ਦੇ ਹਲੇ ਕੀ ਜਿਹੜੇ ਹਲੇ ਬਾਕੀ ਨੇ ਨਿਸ਼ਾਨੇ ਵੀ ਯਾਰ ਮੈਂ ਹਲੇ ਆਹ ਕਰਨਾ ਗਾ, ਕਿਉਂਕਿ ਅਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਨੂੰ ਦੁਨੀਆ ਮੰਨਦੀ ਹੈ, ਤੁਸੀਂ ਉੱਥੇ ਵੀ ਬਹੁਤ ਤਕੜਾ ਪ੍ਰਦਰਸ਼ਨ ਕਰਿਆ ਹੋਇਆ? ਹਾਂਜੀ, ਉੱਥੇ ਮੈਂ ਇੱਕ ਸਾਲ ਬੈਸਟ ਰਹਿ ਚੁੱਕਾ ਹਾਂ। ਹਲੇ ਕੀ ਹਲੇ ਤਾਂ ਸ਼ੁਰੂਆਤ ਹੀ ਆਪਣੀ, ਹਲੇ ਤਾਂ ਮੈਨੂੰ ਹੈਗਾ ਕਿ ਮੈਂ ਹੋਰ ਵਧੀਆ ਖੇਡਾਂ, ਜਿੰਨੇ ਸਾਰੇ ਪਲੇਅਰ ਜਿੱਦਾਂ ਟੋਪ ਦੇ ਕਰਦੇ ਆ ਕਿ ਉੱਥੇ ਟੋਪ ਤੱਕ ਜਾਵਾਂ, ਹਲੇ ਤਾਂ ਸ਼ੁਰੂਆਤ ਹੀ ਹੋਈ ਆ। ਬਿਲਕੁਲ, ਹਾਂਜੀ, ਹਲੇ ਹੈਗਾ ਕਿ ਹੋਰ ਅੱਗੇ ਜਾਵਾਂ ਮੈਂ। ਹਾਂਜੀ, ਜਿੱਦਾਂ ਮੰਗਤ ਭਾਅ ਜੀ ਦੀ ਮੈਂ ਗੱਲ 'ਤੇ ਆਵਾਂਗਾ, ਮੰਗੀ ਆ ਜਿਹੜੇ ਬਾਈ ਹੁਣੀ ਆ ਜਿਹੜੇ, ਉਹਨਾਂ ਦਾ ਇੱਕ ਤਜਰਬਾ ਦੱਸਦੇ ਹੈਗੇ ਵੀ ਉਹ ਇੱਕ ਤਾਂ ਬੋਲਦੇ ਬਹੁਤ ਘੱਟ ਨੇ, ਅਤੇ ਇੱਕ ਦੂਸਰਾ ਜਿਹੜਾ ਉਹ ਆਪਣੀ ਮਿਹਨਤ ਦਾ ਜਿਹੜਾ ਜ਼ਿਆਦਾ ਜਿਵੇਂ ਖੁਦ ਚੁੱਪ ਰਹਿ ਕੇ ਕਰਦੇ ਨੇ, ਅਤੇ ਤੁਹਾਡੇ ਨਾਲ ਕਿਵੇਂ ਵਿਚਰਦੇ ਨੇ, ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ, ਤੁਹਾਡੇ ਨਾਲ ਕਿਵੇਂ ਆ ਉਹਨਾਂ ਦਾ ਦੱਸਣ ਦਾ ਤਰੀਕਾ, ਜਿਵੇਂ ਤੁਹਾਨੂੰ ਗਾਈਡ ਕਰਦੇ? ਵਧੀਆ, ਜਿੱਦਾਂ ਇਹਨਾਂ ਦਾ ਜਿੱਦਾਂ ਪੂਰਾ ਜਿੱਦਾਂ ਭਰਾਵਾਂ ਵਾਂਗੂ ਹੀ ਰਹਿੰਦੇ ਆ, ਜਿੱਦਾਂ ਹਾਂ ਯਾਰਾਂ ਦੋਸਤਾਂ ਵਾਂਗੂ ਪੂਰਾ ਫੰਕਸ਼ਨ ਕਰੀਦਾ ਆ। ਹਾਂ, ਉੱਦਾਂ ਹਾਸੀਆਂ ਮਜ਼ਾਕੇ ਬਹੁਤ ਟਿਚਣਾ ਟੁਚਣਾ ਬਥੇਰੀਆਂ ਕਰਦੇ ਆ, ਉਹ ਜਿੱਦਾਂ ਨੈਚੁਰਲ, ਜਿੱਦਾਂ ਹੁਣ ਆਪਾਂ ਇੱਕ ਸਾਥ ਅਜਿਹੇ ਦੇ ਹਾਂ, ਉਹਦੇ ਵਿੱਚ ਫਿਰ ਬੰਦਾ ਹੋਰ ਹਿਸਾਬ ਨਾਲ ਹੁੰਦਾ ਆ, ਕਿਉਂਕਿ ਵੇਲੇ ਬਾਹਰ ਹੋਰ ਹਿਸਾਬ ਨਾਲ ਥੋੜ੍ਹਾ। ਜਿਸ ਤਰ੍ਹਾਂ ਆਪਣੀਆਂ ਗੱਲਾਂ ਬਾਤਾਂ ਜੱਗੇ ਦੇ ਨਾਲ ਦੋਸਤੋ ਚੱਲ ਰਹੀਆਂ ਨੇ, ਕਿਉਂਕਿ ਮਨਾਂ ਦੇ ਵਿੱਚ ਸਵਾਲ ਹੁੰਦੇ ਨੇ ਜਦੋਂ ਕੋਈ ਇਨਸਾਨ ਸਟਾਰ ਬਣਦਾ, ਭਾਵੇਂ ਉਹ ਖੇਡਾਂ ਦੇ ਖੇਤਰ ਦੇ ਵਿੱਚ ਹੈ, ਭਾਵੇਂ ਉਹ ਸੱਭਿਆਚਾਰ ਦੇ ਖੇਤਰ ਦੇ ਵਿੱਚ ਹੈ, ਜਾਂ ਖੇਤਰ ਦੁਨੀਆ ਦਾ ਕੋਈ ਵੀ ਹੋਵੇ, ਖਾਸ ਕਰਕੇ ਜਦੋਂ ਕੋਈ ਖੇਡਾਂ ਦੇ ਖੇਤਰ ਦੇ ਵਿੱਚ ਆਉਂਦਾ ਤਾਂ ਉਸਨੂੰ ਲੈ ਕੇ ਸਾਡੇ ਜਿਹੜੀ ਅਗਲੀ ਪੀੜ੍ਹੀ ਆ ਉਹ ਜ਼ਰੂਰ ਸੋਚਦੀ ਆ, ਜਵਾਨ ਪੀੜ੍ਹੀ, ਕਿ ਅਸੀਂ ਵੀ ਇਹਨਾਂ ਦੇ ਵਾਂਗ ਅੱਗੇ ਆਈਏ। ਜੱਗੇ, ਜਿੱਦਾਂ ਇਕੱਲੀ ਮਿਹਨਤ ਹੈ ਜਿਹੜੀ ਮੇਰੇ ਖਿਆਲ ਦੇ ਵਿੱਚ ਉਹ ਇੱਕ ਪਾਸਾ ਰੱਖਦੀ ਹੈ, ਅਤੇ ਨਾਲ ਦੀ ਨਾਲ ਖੁਰਾਕ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ, ਜਿਵੇਂ ਆਪਾਂ ਹੁਣੇ ਟੈਸਟਾਂ ਦੀ ਗੱਲ ਕਰਕੇ ਹਟੇ ਕਿ ਸਮਾਨ ਤੋਂ ਬਿਨਾਂ ਵੀ ਜਾਂ ਹੋਰ ਚੀਜ਼ਾਂ ਤੋਂ, ਸਟੀਰੋਇਡ ਤੋਂ ਬਿਨਾਂ ਵੀ ਜਾਂ ਬਹੁਤ ਸਾਰੀਆਂ ਚੀਜ਼ਾਂ ਛੱਡ ਕੇ ਵੀ ਜਿਹੜਾ ਕਬੱਡੀ ਖੇਡੀ ਜਾ ਸਕਦੀ ਹੈ, ਖੁਰਾਕ ਦਾ ਕਿਵੇਂ ਹੈ, ਤੁਸੀਂ ਕਿਵੇਂ ਰੱਖਦੇ ਹੋ ਆਪਣਾ ਹਿਸਾਬ ਕਿਤਾਬ, ਕਿੰਨਾ ਕੁ ਤੁਹਾਡਾ ਬਣਾਇਆ ਹੋਇਆ ਸ਼ਡਿਊਲ? ਖੁਰਾਕ ਤਾਂ ਭਾਈ ਉਹੀ ਹੁੰਦਾ, ਆਪਾਂ ਇੱਦਾਂ ਕੇਕ ਕੂ ਪੀ ਲਿਆ, ਅੰਡੇ ਉਂਡੇ ਖਾ ਲਏ ਆ, ਹੋਰ ਹਾਂਜੀ ਘਰ ਕਈ ਬਦਾਮ ਬਦੂਮ ਜਿੱਦਾਂ ਸ਼ਰਦਾਈ ਜੀ ਬਣਾ ਕੇ ਪੀਣੀ ਚਾਹੀਦੀ ਜ਼ਿਆਦੀ। ਹਾਂ, ਉਹਦੇ ਵਿੱਚ ਵਧੀਆ ਕਾਫ਼ੀ ਜਾਨ ਜੂਨ ਤਾਕਤ ਆਉਂਦੀ ਬੰਦੇ ਨੂੰ। ਕਈ ਵਾਰੀ ਕਹਿੰਦੇ ਹੁੰਦੇ ਨਾ ਖੁਰਾਕ, ਫਲਾਨੀ ਖੁਰਾਕ ਗਰਮ ਹੈ, ਇਹਦੀ ਤਸੀਰ ਠੰਡੀ ਆ, ਇਹਨਾਂ ਚੀਜ਼ਾਂ ਦਾ ਧਿਆਨ ਜਦੋਂ ਭਾਅ ਜੀ ਆਪਾਂ ਪ੍ਰੈਕਟਿਸ ਲਾਉਣੀ ਆ, ਫਿਰ ਗਰਮ ਗਰਮ ਤਾਂ ਸਾਰਾ ਕੁਛ ਪਚ ਹੀ ਜਾਂਦਾ ਆ, ਬਾਕੀ ਪ੍ਰੈਕਟਿਸ ਤਾਂ ਹੁੰਦਾ, ਜੇ ਤਾਂ ਆਪਾਂ ਘਰੇ ਬੈਠੇ ਖਾਈ ਜਾਵਾਂ ਫਿਰ ਨਹੀਂ ਪਚਦੇ, ਉਹ ਪ੍ਰੈਕਟਿਸ ਲਾਉਣੀ ਆ ਫਿਰ ਸਾਰਾ ਕੁਛ ਹੀ ਪਚ ਜਾਂਦਾ। ਘਿਓ, ਹੁਣ ਦੇਸੀ ਜਿਵੇਂ ਆਮ ਘਿਓ ਤੋਂ ਬਹੁਤ ਖਿਡਾਰੀ ਬਚਦੇ ਨੇ, ਤੁਸੀਂ ਘਿਓ ਖੁੱਲ੍ਹਾ ਵਰਤਦੇ ਹੋ? ਹੋਰ ਖੁੱਲ੍ਹਾ ਵਰਤੀ ਦਾ, ਆਪਣੇ ਘਰੇ ਵੀ ਦੇਸੀ ਘੇ ਦੇ ਰੌਲ ਕੇ ਸਾਰਾ ਕੁਛ ਹੁੰਦਾ। ਹਾਂ, ਸ਼ੁਰੂ
एक मैंने ताड़ी गल पता लगी सी कि जग्गे ने पुलिस विच भी भर्ती होने की कोशिश की सी क्योंकि ताड़ा कद परमात्मा की कृपा ना हाइट बहुत सोहनी है तुहानू तां हस के रख लेना चाहीदा सी। नहीं पहले उस सफल क्यों नहीं हो सके? पहला ही ट्राई की प्लस टू जो हटे ही सगा उदों थोड़ा फिर जिदा बाकी सारा कुछ तो ट्राई ट्रूल तो सारा कुछ क्लीयर हो गया सी। जिदा उदों जिहड़े जनरल कोटे दे सीगे उहनां नूं 70% नंबर चाहीदे सीगे ओह मेरे थोड़े 70% तों घट सीगे उहदा करके नहीं होए फिर। जगे आपां तुहाडा जिहड़ा घर भी वेख लिया इत्थे भी बह के गल्लां बातां कर लईआं बई हुण मैं चाहूँगा जिहड़ी खुराक तों बाद एक्सरसाइज वल नूं आउने आपां जिवें तुसीं दस्सिया कि सारा कुछ ही पच जांदा आपां हुण उह देखणा तुसीं एक्सरसाइज किन्नी क करदे हो जिहदे नाल सारा कुछ पच जांदा ते जग्गा जिहड़ा गुट दी फड़ाई किवें करदा उह सारीयां चीज़ां असीं वेखणियां चाहुंदे आं। आपां तुहाडे ग्राउंड चलीए। हांजी चलो जी जी। सो दोस्तों तुसीं साडे नाल जुड़े रहना आपां जग्गे दे नाल इहनां दे ग्राउंड दे विच चलदे आं। दोस्तों जिहड़ियां आपां गल्लां बातां अज्ज चिट्टी वाले जग्गे दे नाल कीतियां ते इस गल्लबात दे विच ही जिहड़ा अगला पड़ा साडा इस गल्लबात दा उह इह है कि आपां बाई दी एक्सरसाइज वाली जगह ते आए होए आ क्योंकि प्रैक्टिस है जिहड़ी उहदे नाल ही खिडारी दा इक जिहड़ा रुतबा जुड़िया हुंदा जिन्नी मेहनत करेगा खिडारी जिन्नी खुराक खाऊगा उन्नी ज़्यादा जिहड़ा उह तरक्की करदा ते अपने खेत्र दे विच अगे वधदा। चिट्टी वाले जग्गे ने किन्नी क मेहनत की है इस बाबत जिवें आपां हल्कियां फुल्कियां गल्लां बातां कीतियां इत्थे जग्गा मेहनत भी विखाऊगा ते आपां बाई नाल गल्लबात भी कर रहे हैं। बई जी जिवें असीं आके वेख्या तुसीं रस्सा जिहड़ा उह खिच रहे सीगे ए पौणी वाला होर किहड़ी किहड़ी एक्सरसाइज आ जिहड़ी तुसीं इत्थे करदे हो? जिद्दां इदां वीर इक टाइम आपां जिम ला लईदा आ जिद्दां सवेर नूं फिर शाम नूं आपां रस्सा खिच्चदे डंड डुंड ला लईदे आ ग्राउंड दी प्रैक्टिस कर लईदी खेड लईदा शाम नूं टायर टूर खिच्चीदा आ। हाँ ਇਹ ਜਿਹੜਾ ਪੌਣੀ ਵਾਲਾ ਰਸਾ ਮੇਰਾ ਖਿਆਲ ਤੁਹਾਡਾ ਗੁੱਟ ਫੜਨ ਦਾ ਇਹੀ ਆ ਮੇਨ? ਹਾਂ ਇਹਦਾ ਹੱਥ ਦੀ ਗ੍ਰਿਪ ਜ਼ਿਆਦਾ ਬਣਦੀ ਫਿਰ ਪਕੜ ਬਣ ਜਾਂਦੀ ਜ਼ਿਆਦਾ। ਜਿਹੜੀ ਤੁਸੀਂ ਸਾਰੀ ਐਕਸਰਸਾਈਜ਼ ਲਾਉਂਦੇ ਹੋ ਜਿਵੇਂ ਜਿਮ ਹੈ ਡੰਡ ਲਾਉਂਦੇ ਹੋ ਰੱਸਾ ਖਿੱਚਦੇ ਹੋ ਪੌਣੀ ਵਾਲਾ ਜਾਂ ਦੂਸਰਾ ਚੜ੍ਹਨ ਵਾਲਾ ਰੱਸਾ ਜਿਹੜੀ ਵੀ ਐਕਸਰਸਾਈਜ਼ ਆ ਤੁਹਾਡੀ ਅਤੇ ਇਹ ਸਾਰੀ ਤੁਹਾਨੂੰ ਮੰਗੀ ਜੀ ਉਹਨਾਂ ਨੇ ਦੱਸੀ ਆ ਜਾਂ ਤੁਹਾਡੇ ਆਪਣੇ ਮਨ ਦੀ ਆ ਵੀ ਯਾਰ ਮੈਂ ਆਹ ਲਾਉਣੀ ਆ ਐਕਸਰਸਾਈਜ਼? ਨਹੀਂ ਜਿੱਦਾਂ ਭਾਈ ਨੇ ਵਿੱਚ ਦੱਸਿਆ ਕੁਛ ਫਿਰ ਕੁਛ ਇੱਦਾਂ ਸ਼ੁਰੂ ਤੋਂ ਲਾਉਂਦੇ ਆਉਂਦੇ ਆ ਜਿੱਦਾਂ ਪਹਿਲਾਂ ਪਲੇਅਰ ਜਿਹੜੇ ਖੇਡਦੇ ਹੁੰਦੇ ਸੀਗੇ ਦੇਖ ਦੇਖ ਉਹਨਾਂ ਨੂੰ ਬ੍ਰਦਰ ਨੂੰ ਦੇਖ ਦੇਖ ਕੇ ਓਕੇ ਸਾਰਾ ਉਹ ਦੇਖ ਦੇਖ ਕੇ ਫਿਰ ਉੱਦਾਂ ਹੀ ਆਪਾਂ ਸ਼ੁਰੂ ਕੀਤਾ। ਇਹ ਸਾਰੀਆਂ ਐਕਸਰਸਾਈਜ਼ਾਂ ਨੂੰ ਤੁਸੀਂ ਸਵੇਰ ਅਤੇ ਸ਼ਾਮ ਦੇ ਵਿੱਚ ਵੰਡ ਕੇ ਰੱਖਦੇ ਹੋ? ਫਿਰ ਜਿਹੜਾ ਇੱਕ ਟਾਈਮ ਇੱਦਾਂ ਲਾ ਲਈ ਗਰਾਊਂਡ ਦੀ ਦੇਸੀ ਐਕਸਰਸਾਈਜ਼ ਹੁੰਦੀ ਹੈ ਉਹ ਫਿਰ ਇੱਕ ਟਾਈਮ ਜਿੰਮ ਲਾ ਲਈ। ਅਤੇ ਕਿਹੜੀ ਐਕਸਰਸਾਈਜ਼ ਤੁਹਾਨੂੰ ਜ਼ਿਆਦਾ ਵਧੀਆ ਲੱਗਦੀ ਹੈ ਗਰਾਊਂਡ ਦੀ ਜਾਂ ਐਕਸਰਸਾਈਜ਼? ਸਾਰੀ ਵਧੀਆ ਲੱਗਦੀ ਆਪਾਂ ਵਧੀਆ ਲੱਗਦਾ ਸਾਰੀ ਐਕਸਰਸਾਈਜ਼ ਕਰਨ ਲਈ। ਅਤੇ ਇਹ ਤੋਂ ਇਲਾਵਾ ਜਿਹੜੀ ਗਰਾਊਂਡ ਦੀ ਮਿਹਨਤ ਆ ਉਹ ਦੂਜੀ ਕਦੋਂ ਲਾਉਂਦੇ ਹਾਂ ਜਦੋਂ ਕਬੱਡੀ ਦੀ ਐਕਸਰਸਾਈਜ਼? ਉਹ ਜਿੱਦਾਂ ਆਪਾਂ ਸ਼ਾਮ ਨੂੰ ਹੀ ਲਾਈ ਦੀ ਉਹ ਸ਼ਾਮ ਨੂੰ ਗਰਾਊਂਡ 'ਤੇ ਫਿਰ ਸਾਰੇ ਇਕੱਠੇ ਹੋ ਕੇ ਖੇਡ ਹੀ ਲਈਦਾ। ਮੈਨੂੰ ਇਹ ਵੀ ਪਤਾ ਲੱਗਿਆ ਸੀ ਕਿ ਜੱਗਾ ਵਾਲੀਬਾਲ ਬਹੁਤ ਵਧੀਆ ਖੇਡਦਾ। ਹਾਂ ਜਿੱਦਾਂ ਹੁਣ ਕਈ ਵੇਲੇ ਇੱਦਾਂ ਨਹੀਂ ਗੇਮ ਲਾਈ ਫਿਰ ਵਾਲੀਬਾਲ ਖੇਡਣ ਲੱਗ ਪਈਦਾ ਆ। ਹਾਂ ਵਾਲੀਬਾਲ ਹੁਣ ਤਾਂ ਵਾਲੀਬਾਲ ਹੀ ਚੱਲਦਾ ਸ਼ਾਮ ਨੂੰ ਰੋਜ਼ ਹੀ। ਹਾਂ ਜਗੇ ਆਸਟ੍ਰੇਲੀਆ ਦੇ ਵਿੱਚ ਗੱਗੀ ਮਾਨ ਹੁਣੀ ਦੱਸਦੇ ਸੀ ਕਿ ਪੂਰੇ ਸੀਜ਼ਨ ਦੇ ਵਿੱਚ ਤੁਸੀਂ ਬੈਸਟ ਰਹੇ ਹੋ ਅਤੇ ਕਿਹੋ ਜਿਹਾ ਪ੍ਰਦਰਸ਼ਨ ਸੀ ਉੱਥੇ ਕਿਵੇਂ ਰਹੇ? ਹਾਂ ਨਹੀਂ ਉੱਥੇ ਜਿੱਦਾਂ ਆਪਣੀ ਟੀਮ ਚੈਂਪੀਅਨ ਰਹੀ ਸੀਗੀ ਜਿਹ 'ਚ ਭਗਵਾਨਪੁਰ 'ਚ ਖੇਡਦੇ ਸੀਗੇ ਉਹ ਟੀਮ ਆਪਣੀ ਚੈਂਪੀਅਨ ਰਹੀ ਸੀ ਸਾਰੇ ਮੈਚਾਂ ਦੀ ਤਾਂ ਬਹੁਤ ਵਧੀਆ ਉੱਥੇ ਮੈਚ ਲੱਗੇ ਆਪਾਂ 3-4 ਟੂਰਨਾਮੈਂਟ 'ਤੇ ਮੈਂ ਬੈਸਟ ਸੀਗਾ। ਮੇਰਾ ਖਿਆਲ ਕੋਈ ਰੇਡਰ ਛੱਡਿਆ ਹੀ ਨਹੀਂ ਉੱਥੇ ਜਿਹੜਾ ਪੂਰੇ ਬਾਬੇ ਦੀ ਮਿਹਰ ਨਾਲ ਮੈਚ ਵਧੀਆ ਲੱਗੇ ਉੱਥੇ। ਹਾਂਜੀ ਜੱਗੇ ਬਾਈ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੀ ਜ਼ਿੰਦਗੀ ਦੇ ਬਾਬਤ ਕੀਤੀਆਂ ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਇਸ ਕਬੱਡੀ ਦੇ ਕੈਰੀਅਰ ਨੂੰ ਲੈ ਕੇ ਕੀਤੀਆਂ। ਜਾਂਦੇ ਜਾਂਦੇ ਤੁਸੀਂ ਕਬੱਡੀ ਦੇ ਜਿਹੜੇ ਨਵੇਂ ਜੁੜੇ ਹੋਏ ਖਿਡਾਰੀ ਨੇ ਜਿਹੜੇ ਕਬੱਡੀ ਨੂੰ ਖੇਡਣਾ ਚਾਹੁੰਦੇ ਨੇ ਕੁਛ ਬਣਨਾ ਚਾਹੁੰਦੇ ਨੇ ਤੁਸੀਂ ਇੱਕ ਬਹੁਤ ਚੰਗੇ ਉਸਤਾਦ ਦੇ ਥੱਲੇ ਮਿਹਨਤ ਲਾ ਰਹੇ ਹੋ ਜਿਵੇਂ ਤੁਹਾਡੇ ਫੇਵਰੇਟ ਖਿਡਾਰੀ ਵੀ ਮੈਂ ਸਮਝਦਾ ਉਹੀ ਨੇ ਤੁਸੀਂ ਅਕਸਰ ਹੀ ਕਹਿੰਦੇ ਹੁੰਦੇ ਹੋ ਉਸਤਾਦਾਂ ਪ੍ਰਤੀ ਅੱਜ ਕੱਲ੍ਹ ਖਿਡਾਰੀਆਂ ਦੀ ਜਿਹੜੀ ਉਹ ਖਿੱਚ ਘੱਟਦੀ ਜਾਂਦੀ ਹੈ ਕਿਤੇ ਨਾ ਕਿਤੇ ਹਰ ਸੋਚਦਾ ਮੈਂ ਜਿੰਮ ਲਾ ਕੇ ਮੈਂ ਆਪਣੇ ਆਪ ਹੀ ਅੱਗੇ ਆ ਜਾਵਾਂਗਾ। ਕੁੱਲ ਸਾਰੇ ਸ਼ਬਦਾਂ ਦੇ ਵਿੱਚ ਜੇ ਮੈਂ ਕਹਾਂ ਤੁਸੀਂ ਗੱਲ ਨਿਬੇੜਦੇ ਹੋ ਇਸ ਪ੍ਰੋਗਰਾਮ ਦੀ ਕੀ ਕਹਿਣਾ ਚਾਹੋਗੇ ਦਰਸ਼ਕਾਂ? ਮੈਂ ਇਹ ਕਹਿਣਾ ਜਿੱਦਾਂ ਨਵੇਂ ਖਿਡਾਰੀਆਂ ਸਾਰਿਆਂ ਨੂੰ ਮਿਹਨਤ ਲਾਉਣੀ ਚਾਹੀਦੀ ਆਪਣੀ ਪੂਰੀ ਥੋਕ ਕੇ ਅਤੇ ਵਧੀਆ ਕੋਚ ਤੋਂ ਵਧੀਆ ਉਸਤਾਦ ਤੋਂ ਸਿੱਖਣਾ ਚਾਹੀਦਾ ਆ ਫਿਰ ਜਦੋਂ ਆਪਾਂ ਵਧੀਆ ਕਿਸੇ ਤੋਂ ਸਿੱਖਦੇ ਹਾਂ ਆਪਾਂ ਨੂੰ ਵਧੀਆ ਸਿੱਖਣ ਨੂੰ ਮਿਲਦਾ ਜੇ ਆਪਾਂ ਸਹੀ ਉਸਤਾਦ ਤੋਂ ਜਾਂ ਫਿਰ ਕੋਈ ਮਾੜੇ ਰਾਹ ਵੀ ਲਾ ਦਿੰਦਾ ਆਪਾਂ ਨੂੰ
ਅਤੇ ਜਿੱਦਾਂ ਵਧੀਆ ਸਾਰੇ ਵਧੀਆ ਉਸਤਾਦਾਂ ਤੋਂ ਜਾਣ, ਵਧੀਆ ਆਪਣੀ ਪ੍ਰੈਕਟਿਸ ਲਾਉਣ। ਦਿਲੋਂ ਜਦੋਂ ਬੰਦਾ ਪ੍ਰੈਕਟਿਸ ਲਾਉਂਦਾ ਹਮੇਸ਼ਾ ਕੁਛ ਨਾ ਕੁਛ ਬਣਦਾ ਹੀ ਆ, ਜਿੱਦਾਂ ਆਪਣੀ ਪ੍ਰੈਕਟਿਸ 'ਤੇ ਹੀ ਆ ਸਾਰਾ ਕੁਛ। ਜਿੰਨੀ ਜ਼ਿਆਦਾ ਮਿਹਨਤ ਕਰਾਂਗੇ ਉਨਾ ਆਪਾਂ ਹਰੇਕ ਚੀਜ਼ 'ਚ ਇੱਦਾਂ ਹੁੰਦਾ, ਇਕੱਲੀ ਕਬੱਡੀ 'ਚ ਨਹੀਂ, ਹਰੇਕ ਹੋਰ ਵੀ ਕੈਟਾਗਰੀਆਂ 'ਚ ਜਿੰਨੀ ਆਪਾਂ ਉਹਦੇ ਵਿੱਚ ਮਿਹਨਤ ਕਰਾਂਗੇ, ਸਟਰਗਲ ਕਰਾਂਗੇ, ਆਪਾਂ ਉਨਾ ਹੀ ਤਾਂ ਆਵਾਂਗੇ। ਹਾਂ ਬਿਲਕੁਲ। ਸੋ ਜੱਗੇ ਵੀਰ, ਤੁਸੀਂ ਡੇਲੀ ਆਵਾਜ਼ 'ਤੇ ਅੱਜ ਸਾਨੂੰ ਬਹੁਤ ਸਾਰਾ ਸਮਾਂ ਦਿੱਤਾ, ਦਰਸ਼ਕਾਂ ਦੇ ਤੁਸੀਂ ਰੂਬਰੂ ਹੋਏ, ਤੁਹਾਡਾ ਵੱਡੇ ਵੀਰ ਬਹੁਤ ਬਹੁਤ ਧੰਨਵਾਦ। ਨਹੀਂ ਧੰਨਵਾਦ ਭਾਈ, ਤੁਹਾਡਾ ਵੀ ਮੇਰੇ ਇੱਥੇ ਤਾਂ ਆਉਣ ਲਈ, ਮੇਰੇ ਇੰਟਰਵਿਊ ਕਰਨ ਲਈ ਤੁਹਾਡਾ ਬਹੁਤ ਧੰਨਵਾਦ। ਸ਼ੁਕਰੀਆ ਭਾਈ ਜੀ। ਦੋਸਤੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਜੱਗੇ ਚਿੱਟੀ ਵਾਲੇ ਨੂੰ ਲੈ ਕੇ ਆਏ, ਅਤੇ ਤੁਸੀਂ ਢੇਰ ਸਾਰੀਆਂ ਗੱਲਾਂ ਬਾਤਾਂ ਬਾਈ ਦੀ ਜ਼ਿੰਦਗੀ ਬਾਰੇ, ਉਹਨਾਂ ਦੇ ਜੀਵਨ ਬਾਰੇ ਵੇਖੀਆਂ ਸੁਣੀਆਂ। ਉਮੀਦ ਹੈ ਸਾਡਾ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਵੇਗਾ। ਜਿਸ ਤਰ੍ਹਾਂ ਜੱਗੇ ਨੇ ਆਖਰੀ ਗੱਲ ਜਿਹੜੀ ਆਖੀ ਆ ਕਿ ਖੇਤਰ ਭਾਵੇਂ ਕੋਈ ਵੀ ਹੋਵੇ, ਮਿਹਨਤ ਹੈ ਜਿਹੜੀ ਉਹੀ ਅਸਲ ਦੇ ਵਿੱਚ ਰੰਗ ਲਿਆਉਂਦੀ ਹੈ। ਦੋਸਤੋ, ਮਿਹਨਤ ਕਰਨੀ ਜ਼ਿੰਦਗੀ ਦੇ ਵਿੱਚ, ਕਦੇ ਨਾ ਛੱਡੋ, ਕਦੇ ਨਿਰਾਸ਼ ਨਾ ਹੋਵੋ, ਹਮੇਸ਼ਾ ਅੱਗੇ ਵਧਣ ਦਾ ਸੋਚੋ, ਇੱਕ ਦਿਨ ਮੰਜ਼ਿਲ ਜ਼ਰੂਰ ਮਿਲੇਗੀ। ਇਸੇ ਉਮੀਦ ਦੇ ਨਾਲ ਮੈਨੂੰ ਬਿੱਟੂ ਚੱਕ ਵਾਲੇ ਨੂੰ ਤਦ ਤੱਕ ਲਈ ਦਿਓ ਇਜਾਜ਼ਤ, ਅਸੀਂ ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ।